ਰਾਜ ਵੇਲੇ ਮੈਨੂੰ ਪੁੱਛ ਕੇ ਦੇਖੋ ਕਿਹਦੇ ਕਿਹਦੇ ਪੈਰੀ ਪੈਣੀ ਜਿਵੇਂ ਸ਼ਮਸ਼ਾਨ ਘਾਟ ਚ ਬਲਦੀ ਅੱਗ ਚੰਗੀ ਨੀ ਲੱਗਦੀ ਹੁਣ ਮੈਨੂੰ ਮੇਰੇ ਬਾਪੂ ਦੇ ਸਿਰ ਤੇ ਪੱਗ ਚੰਗੀ ਨੀ ਲੱਗਦੀ ਇਹ ਰੀਤੀਆਂ ਇਹ ਰਿਵਾਜ ਇਹ ਵਰੀਆਂ ਇਹ ਦਾਜ ਹਰ ਰੋਜ਼ ਪਤਾ ਨੀ ਕਿੰਨੀਆਂ ਪੱਗਾਂ ਰੋਲਦੇ ਨੇ ਚੁੱਲ੍ਹੇ ਦੀ ਅੱਗ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਕਈ ਵਾਰੀ ਚੁੱਲ੍ਹਾ ਆਪਣਾ ਪਰ ਅੱਗ ਬਗਾਨੀ ਹੁੰਦੀ ਹੈ ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਹਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਉਹ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਹੈ ਧੀਆਂ ਦੀ ਇੱਜ਼ਤ ਅਤੇ ਪੁੱਤਾਂ ਦੀ ਉਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਹੈ ਹੌਂਕਾ ਜਿਹਾ ਭਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਕਹਿੰਦੀ ਸੂਹੇ ਵੇ ਚੀਰੇ ਵਾਲਿਆ ਮੈਂ ਕਹਿੰਦੀ ਹਾਂ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਹਾਂ ਅੱਜ ਕੱਲ੍ਹ ਉਹਨਾਂ ਹੱਥੀ ਤਾਂ ਢਹਿਣੀ ਹੈ ਹੁਣ ਤਾਂ ਬਸ ਇੱਕ ਮਜਬੂਰੀ ਨੂੰ ਹੀ ਤੁਹਾਡੇ ਬਾਪੂਆਂ ਦੇ ਸਿਰਾਂ 'ਤੇ ਬਹਿਨੀ ਹਾਂ ਜਿੰਨਾ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛ ਕੇ ਦੇਖੋ ਕਿਹਦੇ ਕਿਹਦੇ ਪੈਰੀ ਪੈਣੀ ਜਿਵੇਂ ਸ਼ਮਸ਼ਾਨ ਘਾਟ 'ਚ ਬਲਦੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਹੁਣ ਮੈਨੂੰ ਮੇਰੇ ਬਾਪੂ ਦੇ ਸਿਰ ਤੇ ਪੱਗ ਚੰਗੀ ਨਹੀਂ ਲੱਗਦੀ ਇਹ ਰੀਤੀਆਂ ਇਹ ਰਿਵਾਜ ਇਹ ਵਰੀਆਂ ਇਹ ਦਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਯਾਰ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫਰੋਲਦੇ ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਕਹਿੰਦੇ ਚੁੱਲ੍ਹੇ ਦੀ ਅੱਗ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਕਹਿੰਦੇ ਹੈ ਚੁੱਲ੍ਹੇ ਦੀ ਅੱਗ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ ਕਈ ਵਾਰੀ ਚੁੱਲ੍ਹਾ ਆਪਣਾ ਪਰ ਅੱਗ ਬਗਾਨੀ ਹੁੰਦੀ ਹੈ ਮੈਂ ਵੀ ਸਰਕਾਰੀ ਮਾਸਟਰਾਂ ਵਾਂਗੂ ਤਿਆਰੀ ਕੀਤੀ ਪੰਜਾਬ ਦੇ ਚੁੱਲ੍ਹਿਆਂ ਦੀ ਚੁਲਦਮ ਸ਼ੁਮਾਰੀ ਕੀਤੀ ਨਾਮ ਚੁੱਲ੍ਹਾ ਜਾਤ ਮਿੱਟੀ ਮਾਂ ਬੋਲੀ ਅੱਗ ਲਿਖੋ ਜੀ ਦਿਨ ਰਾਤ ਤਪਦਾ ਹਾਂ ਖਪਦਾ ਹਾਂ ਅਲੱਗ ਲਿਖੋ ਜੀ ਉਮਰ ਦੀ ਡਿਟੇਲ ਸਾਰੀ ਦਿਓ ਪਰਿਵਾਰ ਬਾਰੇ ਜਾਣਕਾਰੀ ਦਿਓ ਜਦੋਂ ਇਹ ਪਰਿਵਾਰ 15 ਜੀਆਂ ਦਾ ਹੁੰਦਾ ਸੀ ਦਾਦਾ ਦਾਦੀ ਚਾਚਾ ਚਾਚੀ ਅਤੇ ਪੁੱਤਾਂ ਧੀਆਂ ਦਾ ਹੁੰਦਾ ਸੀ ਉਦੋਂ ਮੈਂ ਇਕੱਲਾ ਇਸ ਪਰਿਵਾਰ ਨੂੰ ਸੰਭਾਲਦਾ ਸੀ ਦਿਨ ਰਾਤ ਤਪਦਾ ਸੀ ਖਪਦਾ ਸੀ ਅਤੇ ਇਹਨਾਂ ਦਾ ਪੇਟ ਪਾਲਦਾ ਸੀ ਉਹ ਤੋਂ ਬਾਅਦ ਇਹ ਸਾਰੇ ਹੋ ਗਏ ਲੱਗੋ ਲੱਗ ਵੰਡੀ ਗਈ ਫਿਰ ਮੇਰੀ ਵੀ 6 ਚੁੱਲ੍ਹਿਆਂ ਵਿੱਚ ਅੱਗ 3 ਘਰ ਕਰਜਈ ਨੇ 2 ਨਸ਼ਈ ਨੇ 1 ਬਾਹਰ ਨਿਕਲ ਗਏ 3 ਘਰ ਕਰਜਈ ਨੇ 2 ਨਸ਼ਈ ਨੇ 1 ਬਾਹਰ ਨਿਕਲ ਗਿਆ ਮੇਰੇ ਹੱਥੋਂ ਤਾਂ ਜੀ ਸਮਝੋ